ਇੱਕ ਅਨੋਖੀ ਠੱਗੀ ਬੰਦਾ ਪੈਦਾ ਕਰਦਾ ਹੈ ਜਿਨ੍ਹਾਂ ਗੱਲਾਂ ਨੂੰ ਉਹ ਨਹੀਂ ਜਾਣਦਾ ਉਹਨਾਂ ਗੱਲਾਂ ਨੂੰ ਵੀ ਉਹ ਇਸ ਤਰ੍ਹਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਅਸੀਂ ਜਾਣਦੇ ਆ ਪੈ ਦੇ ਕਾਰਨ ਅੰਦਰ ਹੈ ਪੈ ਅੰਦਰ ਉਹ ਜਾਣਦਾ ਹੈ ਮਰਨਾ ਪਏਗਾ ਲੋਕ ਰੋਜ਼ਾਨਾ ਮਰ ਰਹੇ ਹੈ ਅੰਦਰ ਉਹ ਦੇਖਦਾ ਹੈ ਕਿ ਸਰੀਰ ਕਮਜ਼ੋਰ ਹੋ ਰਿਹਾ ਹੈ ਜਵਾਨੀ ਗਈ ਬੁੱਢਾਪਾ ਆ ਰਿਹਾ ਹੈ ਦੇਖਦਾ ਹੈ ਕਿ ਸਰੀਰ ਜਾ ਰਿਹਾ ਹੈ ਪਰੰਦਰ ਦੁਹਰਾ ਰਿਹਾ ਹੈ ਕਿ ਆਤਮਾ ਨੂੰ ਨਾ ਬੁਢਾਪਾ ਆਏਗਾ ਨਾ ਮਰੇਗੀ ਉਹ ਆਪਣਾ ਵਿਸ਼ਵਾਸ ਜਮਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਹਿੰਮਤ ਜਮਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਨਾ ਕਬਰਾ ਨਾ ਕਬਰਾ ਮੌਤ ਤਾਂ ਹੈ ਪਰ ਨਹੀਂ ਨਹੀਂ ॠषि मुनि ਕਹਿੰਦੇ ਆ ਕਿ ਆਤਮਾ ਅਮਰ ਹੈ ਮੌਤ ਤੋਂ ਡਰਨ ਵਾਲੇ ਲੋਕ ਅਜੇ ॠषि मुਨੀਆਂ ਦੇ ਆਸੇ-ਪਾਸੇ ਇਕੱਠੇ ਹੋ ਜਾਂਦੇ ਹਨ ਤੇ ਭੀੜ ਕਰ ਲੈਂਦੇ ਹਨ ਜੋ ਆਤਮਾ ਦੀ ਅਮਰਤਾ ਦੀਆਂ ਗੱਲਾਂ ਕਰਦੇ ਹਨ ਮੈਂ ਇਹ ਨਹੀਂ ਕਹਿ ਰਿਹਾ ਕਿ ਆਤਮਾ ਅਮਰ ਨਹੀਂ ਹੈ ਮੈਂ ਇਹ ਕਹਿ ਰਿਹਾ ਕਿ ਆਤਮਾ ਦੀ ਅਮਰਤਾ ਦਾ ਸਿਧਾਂਤ ਮੌਤ ਤੋਂ ਡਰਨ ਵਾਲੇ ਲੋਕਾਂ ਦਾ ਸਿਧਾਂਤ ਹੈ ਆਤਮਾ ਦੀ ਅਮਰਤਾ ਨੂੰ ਜਾਨਣਾ ਬਿਲਕੁਲ ਵੱਖਰੀ ਗੱਲ ਹੈ ਤੇ ਇਹ ਵੀ ਧਿਆਨ ਰਹੇ ਕਿ ਆਤਮਾ ਦੀ ਅਮਰਤਾ ਨੂੰ ਉਹੀ ਜਾਣ ਸਕਦੇ ਹੈ ਜੋ ਜਿਉਂਦੇ ਜਾਗਦੇ ਮਰਨ ਦਾ ਪ੍ਰਯੋਗ ਕਰ ਲੈਂਦੇ ਹੈ ਇਹ ਤੋਂ ਇਲਾਵਾ ਕੋਈ ਜਾਣਨ ਦਾ ਉਪਾਅ ਨਹੀਂ ਇਸੇ ਨੂੰ ਸਮਝੋ ਧੰਨਵਾਦ